ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ ਫੈਨਸ ਦੇ ਫੋਨ ਆ ਰਹੇ ਆ, ਮੈਸੇਜ ਆ ਰਹੇ ਆ ਕਿ ਤੁਸੀਂ ਵੀਡੀਓ ਕਿਉਂ ਨਹੀਂ ਪਾ ਰਹੇ। ਉਸ ਦਿਨ ਨਾ ਅਸੀਂ ਵਿਆਹ 'ਤੇ ਗਏ ਸੀਗੇ ਅਤੇ ਮੋਟੋ ਨਾ ਥੋੜ੍ਹੀ ਜਿਹੀ ਢਿੱਲੀ ਹੋ ਗਈ ਸੀਗੀ ਅਤੇ ਇਸ ਕਰਕੇ ਅਸੀਂ ਵੀਡੀਓ ਨਹੀਂ ਪਾ ਸਕੇ। ਤੁਹਾਡੇ ਵੱਲੋਂ ਬਹੁਤ ਬਹੁਤ ਪਿਆਰ ਮਿਲ ਰਿਹਾ ਸਾਨੂੰ, ਜਿੰਨੀ ਉਮੀਦ ਸੀਗੀ ਸਾਨੂੰ ਉਸ ਤੋਂ ਵੀ ਜ਼ਿਆਦਾ ਤੁਹਾਡੇ ਵੱਲੋਂ ਪਿਆਰ ਮਿਲ ਰਿਹਾ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਅਤੇ ਆਹ ਸਾਡੀ ਮੋਟੋ ਸਫਾਈ ਕਰ ਰਹੀ ਆ, ਦੇਖੋ। ਅਤੇ ਸਤਿ ਸ਼੍ਰੀ ਅਕਾਲ, ਹਾਏ। ਅਤੇ ਮੋਟੋ ਮੈਨੂੰ ਨਾ ਝਾੜੂ ਨਾਲ ਪਾਸੇ ਕਰਦੀ, ਤੁਸੀਂ ਸਾਈਡ ਤੇ ਹੋ ਜਾਓ। ਹੈਂ? ਸਾਈਡ ਤੇ ਹੋ ਜਾਓ ਝਾੜੂ ਨਾਲ, ਮੈਨੂੰ ਨਾ ਹੂੰ ਦੀ ਕਿਤੇ। ਅਤੇ ਮੋਟੋ ਫਿਰ ਕਿੰਨਾ ਕੁ ਟਾਈਮ ਲੱਗਦਾ? ਕਿਉਂ ਮੋਟਿਆ, ਕਿੰਨਾ ਕੁ ਸਮਾਂ ਲੱਗ ਰਿਹਾ ਤੁਹਾਨੂੰ? ਮੈਨੂੰ ਗਰਮੀ ਲੱਗ ਰਹੀ ਹੈ। ਹੈਂ? ਵੇਟ ਕਰੋ, ਬਸ ਵੇਟ ਕਰੋ। ਅੱਛਾ ਜੀ, ਕਿੰਨਾ ਟਾਈਮ? 5 ਮਿੰਟ ਬਾਹਲੇ ਨੀ? ਨਹੀਂ, ਗਰਮੀ ਬਹੁਤ ਆ ਮੈਡਮ, ਜ਼ਿਆਦਾ ਨਹੀਂ। ਅੱਛਾ, ਯੈਸ 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 ਨੋ? ਅੱਛਾ ਜੀ, ਤੁਹਾਨੂੰ ਦਿਖਾਉਣਾ ਜ਼ਰੂਰੀ ਆ, ਮੇਰਾ ਤਾਂ ਸਰ ਜੂਗਾ। ਅੱਛਾ, ਗੱਗੂ ਗੱਲ ਮੋਟਰ ਸਿੱਧੀ ਹੋ ਕੇ ਝਾੜੂ ਲਾ ਤੇ ਪੱਖਾ ਚਲਾ। ਸ਼ੁਕਰੀਆ, ਧੰਨਵਾਦ, ਥੈਂਕ ਯੂ ਬਹੁਤ ਬਹੁਤ। ਹੁਣ ਤੁਸੀਂ ਝਾੜੂ ਲਾ ਕੇ ਉਸ ਤੋਂ ਬਾਅਦ ਕੀ ਕਰੋਗੇ? ਸਬਜ਼ੀ ਬਣਾਉਣੀ ਹੈ। ਸਬਜ਼ੀ ਕਾਹਦੀ ਬਣਾਓਗੇ? ਖਿਚੜੀ। ਖਿਚੜੀ? ਅੱਛਾ, ਖਿਚੜੀ ਪਕਾਓਗੇ ਅੱਜ? ਹੈਂ? ਤੁਹਾਡੀ ਖਿਚੜੀ ਬਣਾਉਣੀ ਹੈ। ਹੈਂ? ਤੁਹਾਡੀ ਖਿਚੜੀ ਬਣਾਉਣੀ ਹੈ। ਅੱਛਾ, ਮੇਰੀ ਖਿਚੜੀ ਬਣਾਉਣੀ ਹੈ। ਅੱਛਾ 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 ਬਹੁਤ ਪੱਕੇ ਹੋ, ਕੱਚੇ ਹੋ। ਹੈਂ? ਤੁਸੀਂ ਬਹੁਤ ਕੱਚੇ ਹੋ। ਅੱਛਾ, ਕੱਚਾ ਮੈਂ? ਲਓ ਜੀ, ਮੈਡਮ ਕਹਿੰਦੇ ਮੈਂ ਕੱਚਾ। ਦੇਖੋ ਸਾਡੇ ਸਰਦਾਰ ਜੀ ਕੰਮ ਕਰ ਰਹੇ, ਖਿਚੜੀ ਦੀ ਤਿਆਰੀ ਕਰ ਰਹੇ ਨੇ। ਤੁਸੀਂ ਸਾਰਿਆਂ ਨੇ ਕਿਹਾ ਸੀ ਵਲੋਗ ਪਾਇਆ ਕਰੋ, ਡੇਲੀ ਦੇ ਪਾਇਆ ਕਰੋ। ਐਕਚੁਅਲੀ ਮੇਰੀ ਮੈਨੂੰ ਮੈਰਿਜ ਗਈ ਸੀ ਅਤੇ ਉੱਥੇ ਥੋੜ੍ਹੀ ਜਿਹੀ ਢਿੱਲੀ ਹੋ ਗਈ, ਬਿਮਾਰ ਹੋ ਗਈ ਸੀ ਮੈਂ, ਇਸ ਕਰਕੇ ਵਲੋਗ ਨਹੀਂ ਪਾ ਸਕੀ। ਪਰ ਤੁਹਾਡੀ ਸਾਰੀਆਂ ਨੇ ਇੰਨੀ ਦੁਆਵਾਂ ਦਿੱਤੀਆਂ, ਉਹਦੇ ਕਾਰਨ ਮੈਂ ਠੀਕ ਹੋਈ। ਹੁਣ ਅੱਜ ਤੋਂ ਅਸੀਂ ਵਲੋਗ ਡੇਲੀ ਪਾਇਆ ਕਰਾਂਗੇ, ਜਿਨ੍ਹਾਂ ਨੇ ਸਾਨੂੰ ਕਿਹਾ ਰੋਜ਼ ਪਾਇਆ ਕਰੋ। ਅਤੇ ਉਹਨਾਂ ਸਾਰਿਆਂ ਦਾ ਥੈਂਕ ਯੂ ਜਿਹੜੇ ਸਾਨੂੰ ਇੰਨਾ ਪਿਆਰ ਦਿੰਦੇ ਨੇ। ਆਹ ਦੇਖੋ ਜੀ, ਸਾਡੇ ਸਰਦਾਰ ਜੀ ਹੁਣ ਕੰਮ ਕਰਨ 'ਤੇ ਲੱਗੇ ਹੋਏ ਨੇ। ਇਹ ਅਸੀਂ ਹੈਲਪ ਕਰਦੇ ਹਾਂ ਜੀ ਇੱਕ ਦੂਜੇ ਦੀ, ਇਹ ਮੇਰੀ ਹੁਣ ਹੈਲਪ ਕਰਨਗੇ, ਮੈਂ ਇਹਨਾਂ ਦੀ ਗੱਲ 'ਚ ਨੇ ਕੜਾਹੀ ਫੜਾਓ। ਅੱਛਾ ਜੀ, ਠੀਕ, ਆ ਲਓ ਜੀ, ਲਓ ਜੀ ਆਈ। ਹੁਣ ਤੁਸੀਂ ਜੇ ਬਣਾ ਲਓਗੇ ਤਾਂ ਵਧੀਆ, ਪੈਸੇ ਤੁਸੀਂ ਬਾਅਦ 'ਚ ਨੰਬਰ ਬਣਾਉਣੇ ਆ ਅਤੇ ਮੈਂ ਬਣਾਈ ਚੀਜ਼ ਮੈਂ ਵੀ ਹੈਲਪ ਕਰਨੀ, ਸਾਡੀ ਦੋਨਾਂ ਦੀ ਬਣਾਈ ਹੁੰਦੀ ਹੈ। ਕੱਲਾ ਮੈਂ ਇਕੱਲੇ, ਤੁਸੀਂ ਨਹੀਂ ਬਣਾਉਂਦੇ। ਗੈਸ ਆਨ ਕਰਨ ਵਾਲਾ? ਗੈਸ ਆਨ ਕਰਨ ਵਾਲਾ, ਦੇਖਦੇ ਆ। ਆਏ ਮੋਟੂ ਬੋਲੋ ਨਾ, ਹੋ ਗਿਆ? ਹਾਂ, ਓਕੇ ਓਕੇ ਓਕੇ, ਬਸ ਠੀਕ ਹੈ, ਨਾਲ ਬੋਲਣਾ। ਹਾਂਜੀ, ਕੀ ਕਰ ਰਹੇ ਆ ਮੈਡਮ? ਸਾਡੇ ਨੂਨ ਮਾਰ ਢੱਕਣ ਦੇ। ਲਓ ਜੀ, ਲਓ ਜੀ, ਲਓ ਤੁਹਾਨੂੰ ਫਰਾਈ ਪੈਨ ਦਾ ਟੱਕਣ ਵੀ ਦੇ ਦਿੰਦੇ ਹਾਂ। ਲਓ, ਹੋਰ ਕੋਈ ਹੁਕਮ ਦੱਸੋ, ਕੋਈ ਹੋਰ ਹੁਕਮ? ਨਹੀਂ, ਬਸ ਬਸ ਤੁਸੀਂ ਹੈਲਪ ਕਰਾਈ। ਅੱਛਾ ਜੀ, ਹੈਲਪ ਕਰਾਉਂਦੇ ਹੋ, ਮੇਰੀ ਰੱਬ ਦਾ ਸ਼ੁਕਰੀਆ ਹੈ ਕਿ ਮੈਨੂੰ ਬਹੁਤ ਵਧੀਆ ਲਾਈਫ ਪਾਰਟਨਰ ਦਿੱਤਾ ਪਰਮਾਤਮਾ ਨੇ। ਅੱਛਾ ਜੀ, ਹਾਂਜੀ, ਮੈਂ ਕਹਿੰਦਾ ਮੈਂ ਸ਼ੁਕਰੀਆ ਕਰਦਾ ਪਰਮਾਤਮਾ ਦਾ ਕਿ ਤੁਸੀਂ ਮੈਨੂੰ ਮਿਲੇ। ਅੱਛਾ ਜੀ, ਰੱਬ ਨੇ ਤੁਹਾਨੂੰ ਮੇਰੀ ਜ਼ਿੰਦਗੀ 'ਚ ਭੇਜਿਆ, ਮੈਨੂੰ ਤਾਂ ਆਸ ਹੀ ਨਹੀਂ ਸੀ ਵੀ ਇੰਨੀ ਸਿਆਣੀ ਘਰ ਵਾਲੀ ਮਿਲੂ। ਘਰ ਵਾਲੀ ਮਿਲਣ ਦੀ ਆਸ ਹੀ ਨਹੀਂ ਸੀ, ਸਿਆਣੀ ਦੀ ਤਾਂ ਗੱਲ ਦੂਰ ਆ। ਮੈਂ ਚੱਲੀ ਆ। ਨਹੀਂ ਨਹੀਂ, ਸਿਆਣੇ ਆ ਨਾ ਤੁਸੀਂ, ਤੁਹਾਨੂੰ ਝੱਲਾ ਕਿਸੇ ਨੇ ਕਿਹਾ? ਮੈਂ ਸਿਆਣੀ ਨਹੀਂ ਆ ਮੈਂ, ਪਰ ਜੋ ਵੀ ਹੈਗਾ ਪਰ ਰੱਬ ਦਾ ਦਿੱਤਾ ਹੈਗਾ। ਹਾਂ, ਰੱਬ ਦਾ ਦਿੱਤਾ ਹੋਇਆ ਨਾ, ਜਿੱਦਾਂ ਦੇ ਵੀ ਆਪਾਂ ਰੱਬ ਦੀ ਦੇਣ ਆ। ਸ਼ਾਮੀ ਜਾਣਾ ਮਾਰਕੀਟ ਦਾ? ਕੀ ਲੈਣ ਜਾਣਾ? ਜਾਣਾ ਹੈ। ਅੱਛਾ, ਕੱਲ ਪ੍ਰੋਮਿਸ ਕੀਤਾ ਸੀ ਤੁਸੀਂ ਜਾਣਾ ਹੈ। ਅੱਛਾ ਜੀ, ਹਾਂਜੀ, ਅੱਜ ਜਾਣਾ ਹੈ।
ਹੁਣ ਦੇਖੋ ਇਹ ਕਹਿੰਦੇ ਸੀ ਨਾ ਫਾਸਟ ਫੂਡ ਮੈਨੂੰ ਬਹੁਤ ਘੱਟ ਪਸੰਦ ਆ ਹਨਾ ਇਹ ਕਹਿੰਦੇ ਸੀ ਨਾ ਫਾਸਟ ਫੂਡ ਮੈਨੂੰ ਬਹੁਤ ਘੱਟ ਪਸੰਦ ਆ ਅਤੇ ਕਹਿੰਦੇ ਸੀ ਨਾ ਫਾਸਟ ਫੂਡ ਬਹੁਤ ਘੱਟ ਪਸੰਦ ਆ ਇਹ ਫਾਸਟ ਫੂਡ ਖਾਣ ਜਾਣਾ ਉਹ ਚੱਲਿਆ ਲੈ ਮੈਨੂੰ ਫਸਾ ਕੇ ਵਿਚਾਰੇ ਗਰੀਬ ਨੂੰ ਲੈ ਉਹ ਜਿੰਨੇ ਚਿਰ ਨਾ ਬਣਦੀ ਨਹੀਂ ਉਨਾ ਟਾਈਮ ਇਹਨਾਂ ਨੇ ਇੱਥੇ ਬੈਠੇ ਰਹਿਣਾ ਜਦੋਂ ਬਣ ਗਈ ਨਾ ਉਦੋਂ ਇਹ ਆਉਣਗੇ ਨੇੜੇ ਖਿਚੜੀ ਖਾਣ ਬਸ ਮੈਂ ਬਣਾਊਂਗਾ ਅੱਛਾ ਜੀ ਉਹ ਮੈਡਮ ਕਹਿੰਦੇ ਨਾ ਅਸੀਂ ਰੋਜ਼ ਵਲੌਗ ਪਾਇਆ ਕਰਾਂਗੇ ਹੁਣ ਆਪਾਂ ਰੋਜ਼ ਮਿਲਿਆ ਕਰਾਂਗੇ ਹੈ ਨਾ ਤੁਸੀਂ ਸਾਨੂੰ ਇੰਨਾ ਪਿਆਰ ਦਿੰਦੇ ਹੈ ਨਾ ਅਤੇ ਹੁਣ ਤੱਕ ਜੋ ਵੀ ਸਾਡੀਆਂ ਵੀਡੀਓ ਆਈਆਂ ਜਾਂ ਸਾਡੇ ਵਲੌਗ ਪਾਏ ਅਸੀਂ ਹੈ ਨਾ ਤੁਸੀਂ ਬਹੁਤ ਪਿਆਰ ਦਿੱਤਾ ਅਤੇ ਸਾਨੂੰ ਫੋਨ 'ਤੇ ਵੀ ਮੈਂ ਨਾ ਫੋਨ ਨੰਬਰ ਪਾਇਆ ਸੀਗਾ ਗਾਣੇ 'ਤੇ ਨਾ ਫੋਟੋਆਂ ਲਾ ਕੇ ਪਾਤਾ ਸੀ ਉਹ ਫਿਰ ਸਾਡਾ ਚੈਨਲ ਨਾ ਬੰਦ ਹੋ ਜਾਣਾ ਸੀ ਇਸ ਕਰਕੇ ਨਾ ਮੈਂ ਉਹ ਹਟਾ ਤੀਆਂ ਵੀਡੀਓ ਅਤੇ ਜੇ ਚੈਨਲ ਬੰਦ ਹੁੰਦਾ ਤਾਂ ਤੁਹਾਡੀਆਂ ਦੁਆਵਾਂ ਕਿੱਥੋਂ ਮਿਲਣੀਆਂ ਸੀ ਸਾਨੂੰ ਸਾਨੂੰ ਤਾਂ ਤੁਹਾਡੀਆਂ ਦੁਆਵਾਂ ਦੀ ਅਤੇ ਤੁਹਾਡੇ ਪਿਆਰ ਦੀ ਲੋੜ ਆ ਹੈ ਨਾ ਅਤੇ ਤੁਹਾਡੀਆਂ ਦੁਆਵਾਂ ਦੀ ਲੋੜ ਆ ਬਸ ਹੋਰ ਕੁਛ ਨਹੀਂ ਚਾਹੀਦਾ ਤੁਹਾਡੇ ਕੋਲੋਂ ਫਿਰ ਜਲਦੀ ਮਿਲਦੇ ਹਾਂ ਮੈਡਮ ਖਿਚੜੀ ਖਾਣਗੇ ਹੁਣ ਨਵੇਂ ਵਲੌਗ ਨਾਲ ਕੱਲ੍ਹ ਮਿਲਾਂਗੇ ਥੈਂਕ ਯੂ ਧੰਨਵਾਦ ਪਿਆਰ ਦੇਣ ਲਈ ਸ਼ੁਕਰੀਆ